ਕਹਿੰਦੇ ਇੱਕੋ ਦਮ ਇੰਡਸਟਰੀ 'ਚ ਸਨਾਟਾ ਛਾ ਗਿਆ ਤੇ ਵੱਖੀਆਂ ਉਧੇੜਨ ਵਾਲਾ ਸਿੱਧੂ ਮੂਸੇ ਵਾਲਾ ਗਿਆ। ਡ੍ਰਿਪੀ ਗਾਣਾ ਸਿੱਧੂ ਮੂਸੇ ਵਾਲੇ ਦਾ ਆਇਆ ਹੈ ਤੇ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਜਿਹੜੀ ਫੈਨਸ ਦੇ ਵੱਲੋਂ ਜਤਾਈ ਗਈ ਹੈ ਤੇ ਕਿਤੇ ਨਾ ਕਿਤੇ ਦੁੱਖ ਵੀ ਜਤਾਇਆ ਜਾ ਰਿਹਾ ਕਿ ਕਾਸ਼ ਅੱਜ ਸਾਡੇ 'ਚ ਪੰਜਾਬ ਦੇ ਇੰਡਸਟਰੀ ਦੇ ਵਿੱਚ ਸਭ ਤੋਂ ਮਸ਼ਹੂਰ ਸਿੱਧੂ ਮੂਸੇ ਵਾਲੇ ਅੱਜ ਸਾਡੇ ਦੇ ਵਿੱਚ ਹੁੰਦੇ ਤਾਂ ਅੱਜ ਹੋਰ ਵੀ ਜਿਹੜਾ ਕੁਛ ਬਹੁਤ ਵੱਖਰਾ ਦੇਖਣ ਨੂੰ ਮਿਲਣਾ ਸੀ ਤੇ ਜਿਸ ਤੋਂ ਬਾਅਦ ਕੁਝ ਫੈਨਸ ਦੇ ਵੱਲੋਂ ਜਿਹੜੀ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਵੀ ਜਤਾਈ ਗਈ ਹੈ। ਦੱਸ ਦਈਏ ਕਿ ਇਸ ਗਾਣੇ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਹੀ ਲੱਖਾਂ ਵਿਊ ਆਉਣ ਲੱਗ ਪਏ ਤੇ ਦੱਸ ਦਈਏ ਕਿ ਇਸ ਜਦੋਂ ਗਾਣਾ ਆਇਆ ਸੀ ਤਾਂ ਡ੍ਰਿਪੀ ਗਾਣੇ ਆਉਣ ਤੋਂ ਪਹਿਲਾਂ ਹੀ ਪ੍ਰੀਮੀਅਰ ਦੇ ਵਿੱਚ 8 ਮਿੰਟ ਪਹਿਲਾਂ ਲੋਕਾਂ ਦੇ ਵੱਲੋਂ 53,000 ਵਾਚ ਹੋ ਰਿਹਾ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਦੇ ਵੱਲੋਂ ਕਮੈਂਟ, ਸ਼ੇਅਰ ਅਤੇ ਜਿਸ ਤੋਂ ਬਾਅਦ ਲਾਈਕਸ ਵੀ ਜਿਹੜੇ ਬਹੁਤ ਜ਼ਿਆਦਾ ਕੀਤੇ ਨੇ ਤੇ ਇਸ ਗਾਣੇ ਨੇ ਜਿਹੜਾ ਰਿਕਾਰਡ ਮੁੜ ਤੋਂ ਤੋੜਿਆ ਹੈ ਤੇ ਜਿਸ ਤੋਂ ਬਾਅਦ ਡ੍ਰਿਪੀ ਸਿੱਧੂ ਮੂਸੇਵਾਲੇ ਦਾ ਜੋ ਗਾਣਾ ਹੈ ਇਸਦੇ ਜਦੋਂ ਗਾਣਾ ਆਉਣਾ ਸੀ ਤਾਂ 1 ਮਿੰਟ 31 ਸਕਿੰਟ ਦੇ ਵਿੱਚ ਲੋਕਾਂ ਦੇ ਵੱਲੋਂ ਦੇਖਿਆ ਜਾ ਰਿਹਾ ਸੀ, ਵਾਚ ਕਰ ਰਹੇ ਸੀ ਅਤੇ 61,000 ਲੋਕ ਜਿਹੜੇ ਵਾਚ ਕਰ ਰਹੇ ਸੀ ਅਤੇ ਉਸ ਤੋਂ ਬਾਅਦ ਜਦੋਂ ਹੌਲੀ 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 ਜਿਹੜੇ ਗਾਣੇ ਦੀ ਟਾਈਮਿੰਗ ਵੱਧਦੀ ਗਈ ਤਾਂ ਲੋਕਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਇੰਤਜ਼ਾਰ ਵੀ ਕੀਤਾ ਗਿਆ ਉਸਦੇ ਫੈਨਸ ਦੇ ਵੱਲੋਂ, ਸਿੱਧੂ ਮੂਸੇਵਾਲੇ ਦੇ ਫੈਨਸ ਦੇ ਵੱਲੋਂ ਇਸ ਗੱਲ ਨੂੰ ਲੈ ਕੇ। ਤੁਸੀਂ ਯਕੀਨ ਕਰੋ ਕਿ ਤੁਸੀਂ ਹੈਰਾਨ ਹੋ ਜਾਵੋਗੇ ਕਿ 1 ਮਿੰਟ ਜਦੋਂ 16 ਸਕਿੰਟ ਰਹਿੰਦੇ ਸੀ ਤਾਂ ਇਸ ਗਾਣੇ ਦੀ ਜਿਹੜੀ ਵਾਚਿੰਗ ਆ 71,000 ਵਾਚਿੰਗ ਹੋ ਰਹੀ ਸੀ ਅਤੇ ਡ੍ਰਿਪੀ ਗਾਣੇ ਨੂੰ ਲੈ ਕੇ ਜਦੋਂ 47 ਸਕਿੰਟ ਰਹਿ ਗਏ ਤਾਂ ਜਦੋਂ 47 ਸੈਕਿੰਡ ਰਹੇ ਤਾਂ ਕੁਝ ਫੈਨਸ ਦੇ ਵੱਲੋਂ ਹੋਰ ਇਸ ਗੱਲ ਨੂੰ ਲੈ ਕੇ ਧੜਕਣਾ ਵੱਧਦੀ ਰਹੀ ਹੈ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਆ ਰਿਹਾ ਤਾਂ ਹੋਰ ਐਕਸਾਈਟਮੈਂਟ ਆ ਜਿਹੜੀ ਹੁੰਦੀ ਗਈ ਅਤੇ 86,000 ਵਾਚਿੰਗ ਹੋ ਗਈ ਅਤੇ ਪਹਿਲਾਂ ਉਹਨਾਂ ਦੀ ਜਿਹੜੀ ਵਾਚਿੰਗ ਸੀ 1 ਮਿੰਟ 16 ਸਕਿੰਟ 'ਤੇ ਤਾਂ 71,000 ਵਾਚਿੰਗ ਸੀ ਅਤੇ ਜਿਸ ਤੋਂ ਬਾਅਦ ਜਦੋਂ ਹੌਲੀ 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 ਮਿੰਟ ਤੋਂ ਬਾਅਦ ਸਕਿੰਟ ਆਇਆ ਅਤੇ 47 ਸਕਿੰਟ ਤੋਂ ਬਾਅਦ ਲੋਕਾਂ ਨੇ 86 ਜਿਹੜੇ ਹਜ਼ਾਰ ਵਾਚਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਇਸ ਗੱਲ ਨੂੰ ਲੈ ਕੇ 47 ਤੋਂ ਬਾਅਦ 46, 46, 45, 44, 43, 42 ਹੁੰਦਾ ਗਿਆ ਤਾਂ ਲੋਕਾਂ ਨੇ 86,000 ਹੋ ਗਿਆ ਅਤੇ ਉਸ ਤੋਂ ਬਾਅਦ 42, 43 ਅਤੇ ਬਾਅਦ ਤੋਂ ਜਦੋਂ 37 'ਤੇ ਗੱਲ ਪਹੁੰਚੀ ਤਾਂ ਜਿਸ ਤੋਂ ਬਾਅਦ ਡ੍ਰਿਪੀ ਗਾਣੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਜਦੋਂ ਵਾਚ ਹੋ ਰਿਹਾ ਸੀ ਤਾਂ ਪੂਰੇ 1 ਲੱਖ ਹੋ ਗਏ ਅਤੇ ਲੋਕਾਂ ਨੇ 1 ਮਿੰਟ ਦੇ ਵਿੱਚ 1 ਲੱਖ ਵਾਚ ਕਰ ਰਿਹਾ ਸੀ ਅਤੇ ਸਿੱਧੂ ਮੂਸੇਵਾਲੇ ਦੇ ਗਾਣੇ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਹਾਲਾਂਕਿ ਇਹ ਗਾਣਾ ਹਜੇ ਕੁਝ ਸਕਿੰਟ ਕੁਝ ਮਿੰਟ ਹੋਏ ਨੇ ਜਿਸ ਦੇ ਵਿੱਚ ਇਹ ਗਾਣਾ ਡ੍ਰਿਪੀ ਯੂਟਿਊਬ 'ਤੇ ਪਾਇਆ ਗਿਆ ਹੈ ਅਤੇ ਜਿਸ ਤੋਂ ਬਾਅਦ ਪ੍ਰੀਮੀਅਰ ਤੋਂ ਬਾਅਦ ਜਦੋਂ ਇਹ ਗਾਣਾ ਆਇਆ ਤਾਂ ਲੋਕਾਂ ਦੇ ਵੱਲੋਂ ਕਾਫੀ ਪਿਆਰ ਵੀ ਜਤਾਇਆ ਗਿਆ ਅਤੇ ਹੁਣ ਇਸ ਗਾਣੇ ਨੂੰ ਲੈ ਕੇ ਅੱਗੇ ਦੇਖਣ ਯੋਗ ਹੋਏਗਾ ਕਿ ਇਸ ਗਾਣੇ ਨੂੰ ਲੋਕ ਕਿੰਨਾ ਕੁ ਪਿਆਰ ਦਿੰਦੇ ਨੇ ਕਿਉਂਕਿ ਜਦੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਗਾਣੇ ਆਉਂਦੇ ਨੇ ਤਾਂ ਮਿਲੀਅਨ ਦੇ ਵਿੱਚ ਜ਼ਰੂਰ ਹੁੰਦੇ ਨੇ ਅਤੇ ਹੁਣ ਇਸ ਗਾਣੇ ਦੇ ਵਿੱਚ ਦੇਖਦੇ ਹਾਂ ਕਿ ਕਿੰਨੇ ਕੁ ਮਿਲੀਅਨ ਵਿਊ ਮਿਲਦੇ ਨੇ।